ਪਰ ਥਿਆ ਕੀ ਕਰਨ ਡਿਆ ਹੈ ਉਰਾ ਆਹਾ ਕਿਹੜਾ ਹੈ ਅੱਛਾ ਕਿੱਕਰ ਸਿਆ ਹੈ ਹਾਂ ਉਨਾ ਉਨਾ ਆ ਗਿਆ ਆਉਂਦਾ सारा दिन लै गया ते मुंडा हजे तक लाला हिसाब रोटी नहीं लैके आया मुंडिया दी तेनू की दसीए भरा बस घर घर आवा ही उतिया पिया है सारा दिन पहली गल ते टेलीविजन चो बाहर नहीं आंदे जे वो आ जाणगे ते पता नहीं की ओ पीड़ियां या कन्ना च पसा लैंदे ते सारा दिन बस फोना कुड़ी आवै मत मारी पई है बस अज दी पीड़ी किक्कर सिया तेरी गल ते ठीक है हुण इन्हां ते हिसाब ला ले नाल खेत च कम ते की कराणा ओए अपने वर्गे दी मगरों रोटी लैके भी नहीं आउंदे बस भरा मैं कहना चोपी भली आ घर घर ए आल मेरे आले भी केड़ा उथे मगर करदे हुंदे सारा कुछ घर घर ही हाल ही बस नवी पनीरी का आवे ही उत्या पे भरा अपने वेले हुंदे ही सवेरे चार बजे उठना पठे पौने मईयां नूं धारां कढ़णियां हाल लैके जाना हथीं वाहियां करदे हुंदे हां अज कल काहदे जवाकां दीआं वाहियां रह गईआं ओए अज कल ते ट्रैक्टरां नाल वी आ मशीनरीआं आ गई ओहदे नाल वी नहीं करन जोगे आ अपणीआं टग्गे वेले वालीआं दीआं तूं गल्लां करना है अज कल ते ट्रैक्टर ते चढ़ के नहीं कोई राजी आंदे ने सीट लक तोड़ देंदी इह बह बह के इन्ने नाल ही लक इहनां दे टुट जांदे नी ओह की दसां भरा तैनूं ट्रैक्टरां वालीआं वी ਉਹ ਸਾਡੇ ਵਾਲਾ ਮੁੰਡਾ ਈ ਚੰਗਾ ਭਲਾ ਟਰੈਕਟਰ ਹੈ ਸੀ ਵਾਈ ਕਰਨ ਵਾਲਾ ਕਹਿੰਦਾ ਪਾਪਾ ਨਵਾਂ ਲਿਆਉਣਾ ਕਢਾ ਕੇ ਉਹ ਲਿਆ ਕੇ ਵੱਡੇ ਵੱਡੇ ਕੁੜੀਆਂ ਬੂਫਰ ਜੇ ਪਤਾ ਨਹੀਂ ਉਹਨਾਂ ਨੂੰ ਕੀ ਕਹਿੰਦੇ ਉਹ ਵਿਆਹਾਂ 'ਚ ਵੱਜਣ ਵਾਲੇ ਉੱਤੇ ਰੱਖ ਲੈਂਦੇ ਸਿਰ 'ਤੇ ਨਾ ਉਹਨਾਂ ਨੂੰ ਕਿਸੇ ਪਿੱਛੇ ਹੁੰਦਿਆਂ ਦੀ ਕੋਈ ਆਵਾਜ਼ ਸੁਣੇ ਨਾ ਕੋਈ ਅੱਗੋਂ ਹੁੰਦਾ ਦਿਖੇ ਬਸ ਭਰਾ ਹੁਣ ਤੰਨਾ ਪਿਆ ਇਹ ਗੱਲਾਂ ਕਿੱਕਰ ਸਿਆਂ ਸਪੀਕਰਾਂ ਦੀ ਵੀ ਸੁਣ ਲੈ ਉਹ ਸਪੀਕਰ ਕੀ ਤੂੰ ਆਨਾ ਉਹ ਗਾਣੇ ਵੀ ਅੱਜ ਕੱਲ ਉਹੋ ਜੇ ਲਾ ਲੈਂਦੇ ਨੀ ਵਿੱਚ ਉਹਨੂੰ ਮਾਰਤਾ ਈ ਉਹਨੂੰ ਆਹ ਕਰਤਾ ਈ ਉਹ ਵਿੱਚ ਸਿਰਫ ਵੱਡੀਆਂ ਵੱਡੀਆਂ ਬੰਦੂਕਾਂ ਚੁੱਕੀ ਫਿਰਦੇ ਨੀ ਇੱਕ ਦੂਜੇ ਨੂੰ ਮਾਰਨ ਮਰਾਣ ਤੋਂ ਬਿਨਾਂ ਹੋਰ ਗੱਲਾਂ ਨੀ ਆ ਓਏ ਉਹਨਾਂ ਵੇਲੇ ਕਲਾਕਾਰੀਆਂ ਹੁੰਦੀਆਂ ਸੀ ਭਰਾ ਗੁਰਮੀਤ ਬਾਵਾ ਹੋਣੀਆਂ ਹੁੰਦੀਆਂ ਸੀ ਲੰਮੀਆਂ ਹੇਕਾਂ ਲਾਉਂਦੇ ਸੀ ਕੁੜੀ ਅੱਜ ਕੱਲ ਤੇ ਨਾ ਬਸ ਕੋਈ ਸੁਣਨ ਵਾਲਾ ਗੀਤ ਹੀ ਕੋ ਨਹੀਂ ਆਉਂਦਾ ਸੱਚ ਪੁੱਛੇ ਸੁਣਨਾ ਕੀ ਆ ਕਲਾਕਾਰ ਦੀ ਆਵਾਜ਼ ਤੇ ਘੱਟ ਆਉਂਦੀ ਆ ਮਗਰੋਂ ਜਿਹੜੇ ਢੋਲ ਤੇ ਛੈਣੇ ਤੇ ਕਈ ਕੁਝ ਮੈਂ ਕਹਿੰਦਾ ਬਸ ਨਾ ਹੁਣ ਪੁੱਛਣਾ ਭਰਾਵਾ ਤੈਨੂੰ ਕੀ ਦੱਸਾਂ ਕਿਹੜੀਆਂ ਕਲਾਕਾਰੀਆਂ ਰਹਿ ਗਈਆਂ ਉਹ ਪਾਣੀ ਪੂਣੀ ਦੀ ਘੁੱਟ ਰੱਖੀਏ ਕਿ ਨਹੀਂ ਮੈਂ ਆਇਆ ਮਾਂ ਭਰਾ ਲੱਗਾ ਤੇ ਪਾਣੀ ਹੋਏਗਾ ਪਾਣੀ ਪੀ ਕੇ ਆਉਣਾ ਸਵੇਰੇ ਆਉਣ ਲੱਗਾ ਮੈਂ ਲਿਆਇਆ ਥੋੜਾ ਜਿਹਾ ਲਿਆਉਣਾ ਤੇਰੇ ਵਾਸਤੇ ਪਾਣੀ ਪੀਣਾ ਹੀ ਲਿਆਉਣਾ फिल्टर मैं बड़ी दूर आप घोड़े घरे का पानी पीने ताजा बोरा तो ਇਹ ਤੇ ਕੁੜੀਆਂ ਨਿਰੀਆਂ ਬਿਮਾਰੀਆਂ ਦਾ ਘਰ ਏ ਕਾਹਦੇ ਅੱਜ ਕੱਲ ਪਾਣੀ ਮੈਂ ਤੇ ਨਹੀਂ ਭਰਾਵਾ ਫਰਿੱਜਾਂ ਦਾ ਪਾਣੀ ਉਹ ਕਿੱਕਰ ਸਿਆ ਕਿੰਨਾ ਕੁ ਚਿਹਰੇ ਇਹਨਾਂ ਚੀਜ਼ਾਂ ਤੋਂ ਦੂਰ ਰਹਿ ਗਏ ਆਪਾਂ ਨੂੰ ਵੀ ਹੁਣ ਇਹੀ ਪੀਣੇ ਪੈਣੇ ਨੇ ਹੁਣ ਉੱਥੇ ਕਈ ਘਰ ਰੱਖੀ ਦਾ ਨੇ ਉਹ ਹੁੰਦਾ ਇੱਥੇ ਘੜਾ ਕਿੱਥੇ ਧਰੇਗਾ ਜਲੂਸ ਕੱਢਿਆ ਮੈਂ ਵੀ ਥੋੜੇ ਕੁ ਦਿਨ ਧਰਿਆ ਸੀ ਮੇਰੇ ਵਾਲਾ ਮੁੰਡਾ ਆਖਣ ਲੱਗੇ ਜਾਂਦਾ ਆ ਕਿੱਥੇ ਜਲੂਸ ਧਰਿਆ ਹੀ ਘੜੇ ਨੂੰ ਧਰ ਛੜੇ ਲੋਕ ਆਉਂਦੇ ਨੇ ਅਸੀਂ ਇਹਨਾਂ ਦੇ ਘਰ ਫਰਿੱਜ ਕੋਨੀ ਹੈਗੀ ਘੜੇ ਦਾ ਪਾਣੀ ਪੀਣ ਡਿਆ ਇਹ ਬੁੜਾ ਇਹਨਾਂ ਦਾ ਆਹੋ ਹੁਣ ਉਹਨਾਂ ਦੇ ਭਾ ਦੇ ਤੇ ਬੁੜੇ ਬੁੜੀਆਂ ਵੀ ਜਲੂਸ ਹੀ ਨੇ ਘਰ ਦੇ ਵਿੱਚ ਉਹ ਪਹਿਲੀਆਂ ਛੰਨਾ ਕੱਚੇ ਮਕਾਨ ਠੰਡੇ ਆਉਂਦੇ ਸੀ ਹੁਣ ਕੋਠੀਆਂ ਪਾ ਲਈਆਂ ਤੇ ਆਪਣੇ ਵਾਸਤੇ ਕਮਰੇ ਕਿੱਥੇ ਬਾਹਰ ਮੰਜਾ ਡਾਹ ਛੱਡਦੇ
ਉਹ ਚੱਲ ਫਿਰ ਵੀ ਭਰਾਵਾ ਚੰਗਾ ਬਾਹਰ ਵਧੀਆ ਆਪਾਂ ਤੰਦਰੁਸਤ ਹੂੰ ਉੱਥੇ ਅੰਦਰ ਮੈਂ ਤੇ ਇੱਕ ਦਿਨ ਮੇਰੇ ਵਾਲੇ ਮੁੰਡੇ ਨੇ ਪਾ ਦਿੱਤਾ ਇਹ ਪਾਪਾ ਚੱਲ ਇੱਥੇ ਪੈ ਜਾ ਇਹ ਮੇਰੇ ਤੇ ਸਾਰੀ ਰਾਹ ਦਾ ਜੋੜ ਬੜੇ ਪੀੜ ਕਰਦੇ ਰਹੇ ਨੀ ਨਾ ਨਾ ਕਿੱਕਰ ਸਿਆਂ ਆਪਾਂ ਤੇ ਪੁਰਾਣੇ ਵਿਰਾਸਤ ਦੇ ਹਾਂ ਆਪਾਂ ਤੇ ਪੁਰਾਣੀ ਵਿਰਾਸਤੀ ਆਪਾਂ ਨੂੰ ਰਾਸ ਆਉਂਦੀ ਆ ਚੱਲ ਹੋਰ ਫਿਰ ਠੀਕ ਏ ਮੈਂ ਫਿਰ ਵੇਹਨਾ ਕੋ ਕੰਮ ਕਾਰ ਕਰਦਾ ਤੇ ਫਿਰ ਹੁਣ ਤੂੰ ਬਹਿ ਜਾ ਘੜੀ ਵਾ ਵਾ ਤੂੰ ਆਇਆ ਦਿਲ ਜਾ ਮੈਂ ਤੇ ਆਪ ਸਵੇਰ ਦਾ ਇੱਥੇ ਕੋ ਨਾ ਨੇੜੇ ਨਾ ਤੇੜੇ ਹੁਣ ਤੇ ਕੋ ਅੱਗੇ ਲੋਕ ਦਿਸ ਜਾਂਦੇ ਹਨ ਹੁਣ ਤੇ ਕੋ ਖੇਤ ਦਿਸਦੇ ਹੀ ਕੋ ਨਹੀਂ ਕੋ ਬੰਦਾ ਹੀ ਨਹੀਂ ਉਹ ਨੇੜੇ ਤੇੜੇ ਨਜ਼ਰ ਆਉਂਦਾ ਚੱਲ ਚੰਗਾ ਫਿਰ ਭਰਾ ਵੱਡਿਆ ਮੈਂ ਤੇ ਚੱਲਦਾ ਫਿਰ ਹੋਰ ਫਿਰ ਕੀ ਮੈਂ ਤੇ ਇਹਨਾਂ ਕਿੱਕਰ ਸਿਆਂ ਘੜੀ ਬਹਿ ਜਾ ਵਾ ਵਾ ਦਿਲ ਲੱਗਾ ਸੀ ਤੇਰਾ ਚਲੋ ਹਾਰ ਨੂੰ ਹਾਰ ਮਿਲੇ ਜੀ ਤੇ ਲੱਗਦਾ ਏ ਹੁਣ ਫਿਰ ਮੈਂ ਵੇਹਨਾ ਚਲੋ ਕੰਮ ਕਰ ਖੇਤ ਦੇ ਵਿੱਚ ਕੋਈ ਚੱਲ ਫਿਰ ਚੰਗਾ ਕਿੱਕਰ ਸਿਆਂ ਮਰਜੀ ਏ ਤੇ ਮੈਂ ਤਾਂ ਦਹਾਂ ਬਹਿ ਜਾ ਸਕੀ ਬਾਪੂ ਆ ਰੋਟੀ ਪਈ ਏ ਤੇਰੀ ਉਹ ਰੋਟੀ ਤੇ ਪਈ ਆ ਸਾਰੀ ਦਿਹਾੜੀ ਨਿਗਾਹ ਛੜੀ ਆ ਮੈਂ ਤੇ ਖਾ ਭੋਖਣਾ ਚੱਲਿਆ ਸਵੇਰ ਦਾ ਮੇਰੀਆਂ ਵੱਖੀਆਂ ਰਹਿ ਗਈਆਂ ਨੇ ਤੁਸੀਂ ਕੰਮ ਤੇ ਕੀ ਕਰਨਾ ਸਾ ਰੋਟੀ ਤੇ ਪਚਾ ਦਿਆ ਕਰੋ ਖੇਤ ਤੇ ਮੈਨੂੰ ਕੋਈ ਆਪਣਾ ਕੰਮ ਕਰ ਨਹੀਂ ਹੁੰਦਾ ਮੈਂ ਵੇਲਾ ਵੇਲਾ ਚੰਗਾ ਪੁੱਤਰ ਤੁਸੀਂ ਤੇ ਨਾ ਗੱਲ ਆਖੇ ਤੋਂ ਅੱਗੇ ਖਾਣ ਨੂੰ ਪੈਂਦੇ ਜੇ ਦੱਸ ਹੈ ਚੰਗਾ ਮੈਂ ਚੱਲਾਂ ਰੋਟੀ ਖਾ ਲਈ ਉਹ ਗੱਲ ਸੁਣ ਪੁੱਤਰ ਉਹ ਮਈਆਂ ਨੂੰ ਪਾਣੀ ਤੇ ਡਾ ਛੜੀ ਸਵੇਰ ਦੀਆਂ ਧਿਆਈਆਂ ਹੋਣੀਆਂ ਨੇ ਉਹ ਪਾਣੀ ਪੂਣੀ ਨਹੀਂ ਡਾਇਆ ਜਾਂਦਾ ਕੰਮ ਬਹੁਤ ਨੇ ਮੈਨੂੰ ਖਾਣੀ ਹੁਣ ਰੋਟੀ ਖਾ ਲਾਂਗਾ ਉਹ ਕਿੱਕਰ ਸਿਆਂ ਆ ਜਾ ਓਏ ਰੋਟੀ ਖਾ ਲਾ ਆਈ ਆ ਜਾ ਉਹ ਕੋਨੀ ਭਰਾ ਖਾ ਲਾ ਤੂੰ ਰੋਟੀ ਫਿਰ ਮੈਂ ਵੇਹਨਾ ਸ਼ਾਮੀ ਮਿਲਦੇ ਆ ਆਪਾਂ ਮਾੜਾ ਜਿਹਾ ਮੈਂ ਵੀ ਵੇਹਨਾ ਕੰਮ ਕਰ ਖਾ ਲਾ ਬਾਪੂ ਤੂੰ ਇੱਥੇ ਵਿਆਹ ਕਰੇ ਰਿਸ਼ਤੇਦਾਰ ਆਏ ਨੇ ਨਾ ਤੂੰ ਫੋਨ ਰੱਖੇ ਵੀ ਬੰਦਾ ਫੋਨ ਕਰਕੇ ਬੁਲਾ ਲੇ ਚੱਲ ਆਹ ਹੁਣ ਮੈਨੂੰ ਤੰਗ ਕੀਤਾ ਇੰਨੀ ਦੂਰੋਂ ਆਇਆ ਮੈਂ ਕਿਹੜਾ ਰਿਸ਼ਤੇਦਾਰ ਆ ਗਿਆ ਮਾਮਾ ਆ ਰਿਹਾ ਕਰੇ ਮਾਮਾ ਆਇਆ ਚਲੋ ਬਹਿ ਜਾ ਕੋਈ ਨਹੀਂ ਫਿਰ ਚੱਲਦੇ ਆ ਆ ਤੇ ਆਪਦਾ ਮੈਨੂੰ ਵੀ ਪਤਾ ਨਾਲੇ ਤੈਨੂੰ ਕਿਹਾ ਸੀ ਆਹ ਵੱਢਣਾ ਆਪਾਂ ਕੀ ਵੱਢਣਾ ਆ ਮੈਂ ਗੱਲ ਕਰਕੇ ਆਇਆ ਅੱਜ ਅੱਜ ਕੀ ਕਹਿੰਦਾ ਜਾਮਣ ਜਾ ਮੈਨੂੰ ਨੀ ਪਤਾ ਬਾਪੂ ਇਹਨੂੰ ਵੱਢ ਦੇ ਬਸ ਮੇਰੀ ਗੱਲ ਸੁਣ ਪੁੱਤਰ ਵੱਟਾਂ ਨੂੰ ਤੇ ਵੱਢ ਦੋ ਮੈਂ ਨੀ ਡੱਕਦਾ ਤੁਹਾਨੂੰ ਇਹਨੂੰ ਰੁੱਖ ਨਾ ਸਮਝ ਇਹ 100 ਪ੍ਰਾਣੀਆਂ ਨੂੰ ਸਾਹ ਦਿੰਦਾ ਈ ਸਾਹ ਪੁੱਤਰ ਫਿਰ ਤੈਨੂੰ ਮੇਰੀ ਛਾਤਰੀ ਨਾਲੋਂ ਪਿਆਰਾ ਹੋ ਗਿਆ ਏ ਮੇਰੇ ਛੋਂਕਾਂ ਨਾਲੋਂ ਪਿਆਰਾ ਏ ਕਾਹਨੂੰ ਪੁੱਤਰ ਮੈਂ ਹੁਣ ਤੈਨੂੰ ਕੀ ਆਖਾਂ ਅੱਜ ਕੱਲ 100 ਬਿਮਾਰੀਆਂ ਕੋਈ ਕਹਿੰਦਾ ਸਾਹ ਆਕਸੀਜਨ ਕਿੱਥੋਂ ਲੈਣੀ ਜੇ ਮੁੜ ਕੇ ਇਹਨਾਂ ਨੂੰ ਵੱਢ ਵੱਢ ਕੇ ਲੱਕੜਾਂ ਬਣਾਈ ਜਾਣਦਾ ਏ ਜੇ ਇੱਕ ਨਾਲ ਕੋਈ ਫਰਕ ਨਹੀਂ ਪੈਂਦਾ ਉਹ ਇੱਕ ਇੱਕ ਕਰਕੇ ਤੇ ਪੁੱਤਰ ਜਦੋਂ ਸਾਡਿਆਂ ਵੇਲਿਆਂ ਤੇ ਇੰਨੇ ਜੰਗਲ ਹੁੰਦੇ ਸੀ ਕੋਈ ਵੇਖਿਆ ਕਦੇ ਕੋਈ ਬਿਮਾਰੀ ਨਾਲ ਮਰਦਾ ਮੈਨੂੰ ਨੀ ਪਤਾ ਬਾਪੂ ਤੂੰ ਤਾਂ ਆਪਦੀਆਂ ਗੱਲਾਂ ਲੈ ਕੇ ਬੈਠ ਜਾ ਕਰ ਤੈਨੂੰ ਕਹਿ ਨੂੰ ਵੱਢਣਾ ਤਾਂ ਵੱਢ ਦੇ ਮੇਰੀ ਸੁਣ ਗੱਲ ਫਿਰ ਪੁੱਤਰ ਜੇ ਮੇਰੇ ਮਰੇ ਤੋਂ ਬਾਅਦ ਤੇ ਭਾਵੇਂ ਇਹਨੂੰ ਵੱਢ ਲਈ ਤੇ ਜਿੰਦਿਆਂ ਜੀ ਨੂੰ ਕੋਈ ਨਹੀਂ ਵੱਢਣ ਦੇਣਾ ਮੈਂ ਆਪਣੇ ਹੱਥੇ ਹੀ ਲਾਇਆ ਇਹਨੂੰ ਆ ਕੇ ਫਿਰ ਮੈਂ ਤਾਂ ਵੱਢੂੰਗਾ ਮੈਨੂੰ ਨੀ ਪਤਾ ਚੱਲ ਫਿਰ ਜਾ ਪਹਿਲਾਂ ਮੈਨੂੰ ਵੱਢ ਦੀ ਤੇ ਫਿਰ ਵੱਢੀ ਇਹਨੂੰ ਆ ਬਾਪੂ ਤੂੰ ਤਾਂ ਪੁੱਠੀਆਂ ਗੱਲਾਂ ਕਰਦਾ ਤੈਨੂੰ ਨਾ ਜਮਾ ਵੀ ਖਿਆਲ ਨਹੀਂ ਮੈਂ ਦੱਸੂਗਾ ਮੰਮੀ ਨੂੰ ਜਾ ਕੇ ਰੁੱਖ ਵੱਢਣ ਆ ਜਾ ਤੂੰ ਇੱਥੇ ਇਹਦੇ ਦਿਹਾਰਾ ਲੈ ਕੇ ਜਾ ਦਫਾ ਆ ਚਲੇ ਜਾ ਘਰ ਨੂੰ ਇੱਥੇ ਮੁੜ ਕੇ ਨਾ ਮੈਨੂੰ ਨੀ ਪਤਾ ਮੈਂ ਤਾਂ ਵੱਢੂੰਗਾ ਇਹਨੂੰ ਜਾ ਫਿਰ ਲਿਆਈ ਜਿਹੜਾ ਇੱਥੇ ਕਿਹੜਾ ਵੱਢਣ ਵਾਲਾ ਆਉਂਦਾ ਮੈਂ ਵੇਖੂ ਤੈਨੂੰ ਨਾਲੇ ਤੇਰੇ ਆਰੇ ਵਾਲੇ ਇਹਨੂੰ ਇੱਕ ਆ ਕੀ ਪਾਇਆ ਕੰਨ ਦੇ ਵਿੱਚ ਜੋਟ ਹੋ ਗਿਆ ਤੋੜੇਗਾ ਤੂੰ ਬਾਪੂ ਪਰੇ ਕਿੰਨੇ ਮਹਿੰਗੇ ਨੇ ਇਹ ਹੈ ਕੀ ਇਹ ਤੈਨੂੰ ਸੋਈ ਤੂੰ ਤਾਂ ਆਪਦੇ ਮਾਰੀ ਚੱਲਿਆ ਕਰ ਬਸ ਤੈਨੂੰ ਕੋਈ ਸੁਣਦਾ ਗਿਣਦਾ ਵੀ ਇਹ ਲਾ ਕੇ ਕਿ ਸਾਰਾ ਦਿਨ ਤੁਰਿਆ ਫਿਰਦਾ ਰਹਿੰਦਾ ਐਵੇਂ ਹੀ ਸਾਰਾ ਸੁਣਦਾ ਦੋ ਦੋ ਗੱਲਾਂ ਸੁਣਦੀਆਂ ਨੇ ਤੇਰੀ ਵੀ ਸੁਣਦੀ ਇਹਦੀ ਵੀ ਸੁਣਦੀ ਐ ਉਹ ਤੋੜਤੇ ਦੀ ਹੁਣ ਇਹ ਪਰੇ ਕਿੰਨੇ ਮਹਿੰਗੇ ਨੇ ਤੇਰੀ ਗੱਲ ਤੋਂ ਮੈਨੂੰ ਚੇਤਾ ਆਇਆ ਮੈਂ ਸ਼ਹਿਰ ਗਿਆ ਹਾਂ ਕੱਲ ਆੜਦੀ ਏ ਕੋਲ ਤੇ ਉਹਨਾਂ ਦਾ ਗਵਾਂਢੀ ਫੋਨਾਂ ਜਿਹਾ ਵਾਲਾ ਮਿਲਿਆ ਸੀ ਮੈਨੂੰ
ਉਹ ਕਹਿੰਦਾ ਤੂੰ ਫੋਨ ਲੈ ਗਿਆ ਫਿਰ ਇੱਕ 45-50 ਹਜ਼ਾਰ ਦਾ ਉਹਦਾ ਕੀ ਕਰਨਾ ਈ ਫਿਰ ਕੀ ਹੋਇਆ ਫੋਨ ਆ ਸਾਰੇ ਦੋਸਤਾਂ ਕੋਲ ਉਹਦੇ ਨੇ ਮੈਂ ਵੀ ਲਿਆ ਆ ਤੇ ਜਿਹੜਾ 2 ਮਹੀਨੇ ਪਹਿਲਾਂ ਲਿਆ ਸੀ ਉਹਨੂੰ ਕੀ ਹੋ ਗਿਆ ਚੰਗਾ ਭਲਾ ਫੋਨ ਸੀ ਉਹਦਾ ਕੀ 15 ਹਜ਼ਾਰ ਦਾ ਉਦਣ ਤੈਨੂੰ ਦਵਾ ਕੇ ਲਿਆਇਆ ਮੈਂ ਤੈਨੂੰ ਕਿਹਾ ਸੀ ਨਾ ਦਵਾ ਉਹ ਤੋਂ ਵਧੀਆ ਦਵਾ ਦਿੰਦਾ ਉਹ ਤੋਂ ਚੱਕ ਕੇ ਉਹ ਦਵਾ ਤਾ ਕੂੜਾ ਜਾ ਮੈਂ ਨੀ ਰੱਖਦਾ ਐਵੇਂ ਤਾਂ ਮੈਂ ਤੇ ਵੱਡੇ ਰੱਖੂਗਾ ਹੁਣ ਮੇਰੀ ਸੁਣ ਗੱਲ ਇਹ ਜਿਹੜਾ ਪੈਸਾ ਜੇ ਸਾਂਭ ਲੋਗੇ ਤਾਂ ਤੁਹਾਡੇ ਹੀ ਕੰਮ ਆਉਣਾ ਮੈਂ ਕੋਈ ਛਾਤੀ ਤੇ ਧਰ ਕੇ ਨਾਲ ਨੀ ਲੈ ਜਾਣਾ ਇਹਨਾਂ ਨੇ ਤੈਨੂੰ ਕੋਈ ਫੋਨਾ ਫਾਨਾ ਕੁਛ ਨੀ ਦੇਣਾ ਇਹਨੂੰ ਵਾਹ ਗੋਡੇ ਗੋਡੇ ਘਾਹ ਖਲੋਤਾ ਜ਼ਮੀਨ ਨੂੰ ਵਾਹ ਕੋਈ ਇਹਦੇ ਚੋ ਦਾਣੇ ਕੱਢ ਲਾ ਚਾਰ ਮਾਣਾ ਬਸ ਤੈਨੂੰ ਤਾਂ ਦਿਸਦੇ ਜ਼ਮੀਨ 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 ਇਹਨੂੰ ਵੇਚ ਕੇ ਮੈਨੂੰ ਬਾਹਰ ਤੋਰ ਵੇਖੀ ਪੈਸੇ ਆਉਂਦੇ ਬਾਹਰੋਂ ਕਿੰਨੇ ਮਰਜ਼ੀ ਖਰਚ ਕਰੀ ਚੱਲੀ ਫਿਰ ਸਾਨੂੰ ਵੀ ਕਦੇ ਫਾਏ ਲਾਜੀ ਜਾਣ ਲੱਗਿਆ ਜੇ ਜਾਣਾ ਹੀ ਅਸੀਂ ਪਹਿਲਾਂ ਵੀ ਇਕੱਲੇ ਦੀ ਗਾਂ ਵੀ ਇਕੱਲੇ ਆਪੇ ਪਕਾ ਪਕਾ ਖਾਣੀ ਆ ਜਾਂ ਦਹਾ ਜੋ ਜਿੱਥੇ ਮਰਨਾ ਮਰ ਜਾਓ ਤੂੰ ਤਾਂ ਬਾਹਾਂ ਹੀ ਪੁੱਠੀਆਂ ਗੱਲਾਂ ਕਰੀ ਆ ਅਗਰ ਹੋਰ ਕੋਈ ਗੱਲਾਂ ਨੇ ਤੇਰੇ ਕੋਲ ਕਦੇ ਆ ਲੈ ਲਾ ਉਹ ਲੈ ਲਿਆ ਹੁਣ ਮੈਂ ਸਾਰਿਆਂ ਕੋਲ ਆਉਂਦੇ ਨੇ ਮੈਂ ਕਿਹੜਾ ਇਕੱਲਾ ਖਰੀਦਾਂ ਜਫਾ ਮੇਰੀਆਂ ਅੱਖਾਂ ਤੋਂ ਪਰਾਂ ਓਲਾ ਓਲੇ ਆ ਜਾ ਮੈਂ ਮਾਰਨੇ ਬਾ ਤੇਰੇ ਇੱਥੇ ਚੰਗਾ ਫਿਰ ਮੈਂ ਚੱਲਿਆ ਆ ਜੀ ਤੂੰ ਮਾਮਾ ਡਿੱਕਣ ਡਿਆ ਤੈਨੂੰ ਕਰੇ ਰੋਟੇ ਖਾਦੇ ਜਾਂਦੇ ਦੋ ਤੇਰੇ ਤੋਂ ਤੈਨੂੰ ਕਿਹਾ ਬੈਠ ਕੇ ਖਾ ਲਾ ਆਪਦਾ ਕਰ ਦੋ ਦੇਣ ਆਇਆ ਅੱਗੇ ਤੇ ਸਾਰੇ ਜੱਗ ਨੂੰ ਤੁਸੀਂ ਰੋਟੀਆਂ ਖਾਂਦੇ ਨਹੀਂ ਖਵਾ ਸਕਦੇ ਤੇ ਗੁਰਦੁਆਰੇ ਛੱਡ ਆ ਉੱਥੇ ਖਾ ਲਾਂਗੇ ਜਾ ਕੇ ਕਿੱਕਰ ਸਿਆ ਉਹ ਕਿੱਕਰ ਸਿਆ ਪਾਸ਼ਾ ਹੋਰ ਸੁਣਾ ਸਿਹਤਾਂ ਕਿਵੇਂ ਕਹਿਮੀ ਆ ਭਰਾ ਠੀਕ ਨੇ ਸੇਤਾ ਤੂੰ ਸੁਣਾ ਕੀ ਸੁਣਾਵਾਂ ਭਰਾ ਬਸ ਨਾ ਜ਼ਿੰਦਗੀ ਤੋਂ ਮਾਣ ਨੱਕਿਆ ਪਿਆ ਹੁਣ ਤਾਂ ਬਿਲਕੁਲ ਕਿਉਂ ਕੀ ਹੋ ਗਿਆ ਜ਼ਿੰਦਗੀ ਨੂੰ ਬਸ ਕੀ ਦੱਸਾਂ ਤੈਨੂੰ ਅੱਜ ਕੱਲ੍ਹ ਦੀ ਮਾੜੀ ਲਾਦ ਕੀ ਆ ਮੈਂ ਤਾਂ ਕਹਿੰਦਾ ਇਦੋਂ ਤਾਂ ਬੰਦਾ ਨਾ ਉਂਝੀ ਹੋ ਓਏ ਉਹੀ ਗੱਲ ਤੂੰ ਤੇ ਕਰ ਦਿੱਤੀ ਉਧਰੋਂ ਦੁਖੀ ਹੋ ਕੇ ਤੇਰੇ ਕੋਲ ਆਇਆ ਸਾ ਘੜੀ ਚੱਲ ਕੋਈ ਮੈਂ ਹਾਸਾ ਖੇਡਾਂਗੇ ਤੇ ਤੂੰ ਮੇਰੇ ਨਾਲੋਂ ਵੱਧ ਦੁਖੀ ਅੱਗੋਂ ਕਿੱਥੇ ਕੀ ਆਵਾ ਸਾਡੇ ਵਾਲੇ ਉਹ ਆਏ ਇੱਥੇ ਆਉਣ ਸਾਰ ਆਂਦਾ ਭਾਪਾ ਇਹਨੂੰ ਵੱਢ ਛੱਡ ਰੁੱਖ ਨੂੰ ਮੇਰੇ ਟਰੈਕਟਰ ਦੀ ਛਤਰੀ ਚੜਦਾ ਤੂੰ ਕੀ ਆਨਾ ਕਿੱਕਰ ਸਿਆ ਮੇਰੇ ਵਾਲੇ ਦੀ ਸੁਣ ਲੈ ਕੋਈ ਦਿਸਦਾ ਹੀ ਸਾਰੇ ਪਟਾ ਛੜੇ ਨੀ ਉਹ 4 ਪਹੀਆਂ ਦੇ ਲਾਲਚ ਨੂੰ ਅਹੇ ਆੜਦੇ ਨੇ ਉਹ ਲਿਆ ਕੇ ਇੱਕ ਦਿਨ ਉਹਨਾਂ ਨੂੰ ਵੱਢਣ ਵਾਲਿਆਂ ਨੂੰ ਜਿਹੜੇ ਆ ਵਾੜ ਵਾਲੇ ਹੁੰਦੇ ਨੀ ਵੱਢਣ ਵਾਲੇ ਉਹ ਸਾਰੇ ਪਟਾਛੜੇ ਉਹ ਮੈਂ ਕਿਹਾ ਕੰਜਰਾ ਇੱਕ ਅੱਧਾ ਤੇ ਬਹਿਣ ਜੋਗਾ ਛੱਡ ਛੱਡ ਕਿਤੇ ਕੋਈ ਛਾਵੀਂ ਪੈ ਜਾਂਗੇ ਘੜੀ ਓਏ ਅਸੀਂ ਖੇਤ ਆਉਣਾ ਮਰਨਾ ਕੰਮ ਹੈ ਤੁਸੀਂ ਤੇ ਘਰ ਉੱਥੇ ਏਸੀਆਂ 'ਚ ਵੜ ਕੇ ਬਹਿ ਜਾਣਾ ਜੇ ਉਹ ਕਿੱਕਰ ਸਿਆ ਕੀ ਦੁੱਖ ਦੱਸਾਂ ਤੈਨੂੰ ਖਾ ਲਿਆ ਲਾਦ ਨੇ ਤੇ ਉਹ ਰੁੱਖ ਵੇਚ ਕੇ 4 ਰੁਪਈਏ ਤੇ ਲੈ ਲੈ ਉਹਨਾਂ ਰੁਪਈਆਂ ਨਾਲ ਹੁਣ ਸਾਹ ਤੇ ਕੋਨੀ ਮਿਲਦੇ ਫਿਰ ਸਾਹ ਨੂੰ ਤਾਂ ਹੀ ਤੇ ਰੋਂਦੇ ਨੇ ਹੁਣ ਉਹਨਾਂ ਟੈਂਕੀਆਂ ਚ ਪਾਈ ਫਿਰਦੇ ਨੀ ਸਾਹ ਉਹ ਟੈਂਕੀਆਂ ਨਾਲ ਸਾਹ ਆਉਣਗੇ ਹੋ ਗਿਆ ਤੇ ਉਹਨੂੰ ਸਾਹ ਨੀ ਆਉਂਦਾ ਉਹ ਬਿਮਾਰੀਆਂ ਤੇ ਆਪ ਸਹੇੜੀਆਂ ਇਹਨਾਂ ਨੂੰ ਨਵੀਂ ਪਨੀਰੀ ਨੂੰ ਕੌਣ ਸਮਝਾਏ ਬਸ ਕੀ ਜਾਂਦੇ ਨੀ ਸਾਰੇ ਰੁੱਖ ਭਰਾਵਾ ਲਾਉਂਦਾ ਫਿਰਦਾ ਹੀ ਸਾਨੂੰ ਆਕਸੀਜਨ ਨਹੀਂ ਮਿਲਦੀ ਜਿਹੜੀ ਕੁਦਰਤ ਨੇ ਰੱਬ ਨੇ ਆਕਸੀਜਨ ਦਿੱਤੀ ਉਹਨੂੰ ਤੇ ਅਸੀਂ ਪੁੱਟ ਪੁੱਟ ਵਗਾ ਛੱਡਿਆ ਸਾਰੇ ਬੰਨੇ ਸਹੀ ਗੱਲ ਦੇ ਕਿੱਕਰ ਸਿਆ ਤੇਰੀ ਸਹੀ ਗੱਲ ਬਸ ਹੁਣ ਸਮਝਣਾ ਇੱਕ ਉਹ ਆਉਂਦੇ ਹੀ ਕੰਨਾਂ ਚ ਫਸਾ ਲੈਂਦੇ ਉਹ ਗਿਆ ਹੀ ਉੱਥੋਂ 50 ਹਜ਼ਾਰ ਦਾ ਫੋਨ ਲੈ ਆ ਹੁਣ 8 ਲੱਖ ਦਾ ਟਰੈਕਟਰ ਲਿਆ ਕੇ ਤੇ 40-50 ਹਜ਼ਾਰ ਰੁਪਇਆ ਉੱਤੇ ਡੜਮ ਡੜਮ ਕਰਦੇ ਫਿਰਦੇ ਕੁੜੀਆਂ ਫਿਰ ਕੱਲ ਨੂੰ ਮਰਨਾ ਵੀ ਆਪਾਂ ਹੀ ਆ ਉਹ ਕਰਜ਼ਾ ਤੇ ਉਹ ਚੜਾਈ ਜਾਂਦੇ ਨੀ ਲੈ ਕੇ ਤੇ ਕੱਲ ਨੂੰ ਗਾਲ ਚ ਰੱਸੇ ਵੀ ਆਪਾਂ ਹੀ ਪਾਣੇ ਨੀ ਉਹਨਾਂ ਦਾ ਭੱਜ ਕੇ ਆਖਣ ਵੀ ਨੀ ਜੋਗੇ ਕੀ ਕਰੀਏ ਸਾਰੇ ਪਾਸੇ ਜਾਣ ਫਾਏ ਆਈ ਆ ਆਪਣਾ ਵੇਲਾ ਹੁੰਦਾ ਸੀ ਘਰ ਦਾ ਕਮਾਦ ਘਰ ਦਾ ਗੁੜ ਹੁੰਦਾ ਸੀ ਕੁੜੀਆਂ ਨਾਲੇ ਡੰਗਰਾਂ ਨੂੰ ਬਲਦਾਂ ਨੂੰ ਗੁੜ ਖਵਾਈਦਾ ਸਿਆਲ ਦੇ ਵਿੱਚ ਨਾਲੇ ਆਪ ਖਾਈਦਾ ਸੀ ਚਾਵਾਂ ਬਣਾਈਦੀਆਂ ਸੀ ਘਰ ਦੀਆਂ ਸਾਰੀਆਂ ਸਰੋਂ ਤੇਲ ਹੁੰਦੇ ਬਿਮਾਰੀ ਕਿਤੋਂ ਲਾਗੋ ਬੰਨੋ ਨਹੀਂ ਲੱਭਦੀ ਹੁਣ ਤੇ ਘਰ ਘਰ ਬਿਮਾਰੀ ਤੁਰੀ ਫਿਰਨ ਡਈ ਹੈ
ਕਿਹੜਾ ਗੋੜ ਆਨਾ ਹੁਣ ਸੁਣ ਲੈ ਜੇ ਮਾਸਾ ਗੁੜ ਖਾ ਲਈ ਦੇਣੀ ਤੇ ਚਿਮਚਾ ਘਿਓ ਦਾ ਤੇ ਆਂਦੇ ਨੇ ਬੀਪੀ ਵੱਧ ਗਿਆ ਅੱਜ ਕੱਲ ਤੇ ਜੇ ਕਦੇ ਜਵਾਕ ਗੁੜ ਦੀ ਡਲੀ ਖਾ ਲੈਣ ਜਾਂ ਘਿਓ ਤੇ ਉਹਨਾਂ ਨੂੰ ਪਚਦਾ ਨਹੀਂ ਆਪਣਾ ਵੇਲਾ ਹੁੰਦਾ ਈ ਛੰਨਾ ਛੰਨਾ ਘਿਓ ਦਾ ਸ਼ੱਕਰ ਪਾ ਕੇ ਘੋਲ ਕੇ ਪੀ ਜਾਂਦੇ ਹਾਂ ਉਹ ਕਿਹੜੇ ਵੇਲੇ ਰਹਿ ਗਏ ਹੁਣ ਮੈਂ ਕਹਿੰਦਾ ਜਦੋਂ ਯਾਦ ਆਉਂਦੇ ਕੁੜੀ ਆਵੇ ਅੱਖਾਂ ਚੋਂ ਪੰਜੂ ਮਾਂ ਨੂੰ ਉਤਰਦੇ ਉਹ ਸਮੇਂ ਕਿੱਕਰ ਸਿਆਂ ਕਿੱਥੇ ਮੁੜਦੇ ਨਹੀਂ ਆਉਂਦੇ ਮਾੜੀਆਂ ਲਾਦਾਂ ਆਵੇ ਨਾ ਘਰੇ ਕੰਮ ਤੇ ਨਾ ਖੇਤ ਘਰੇ ਮਈਆਂ ਜੇ ਧੁੱਪੇ ਬੱਜੀਏ ਤੇ ਧੁੱਪੇ ਜੇ ਛਾਵੇਂ ਤੇ ਛਾਵੇਂ ਇੱਥੇ ਆ ਜਾਈਏ ਮਗਰੋਂ ਕੋਈ ਰੋਟੀ ਨਹੀਂ ਪਾਣੀ ਨਹੀਂ ਕੋਈ ਗੱਲ ਨਹੀਂ ਉਹ ਤੁਸੀਂ ਵੀ ਆਪਦੀ ਜਾਨ ਨੂੰ ਆਪ ਸਿਆਪੇ ਪਾਏ ਨੇ ਆ ਮੈਂ ਹੁਣ ਠੇਕੇ ਤੇ ਦਿੱਤੀ ਹੈਗੀ 2 ਕਿਲੋ ਦੁੱਧ ਲਈਦਾ ਤੇ ਉਹ ਨਾਲ ਏਸੀ ਥੱਲੇ ਪੈਨੇ ਹੈਗੇ ਨਜ਼ਾਰੇ ਨੇਗੇ ਮੁੰਡਾ ਬਾਹਰ ਭੇਜਿਆ ਹੈਗਾ ਤੇ ਉੱਥੋਂ ਵਧੀਆ ਕਮਾਉਂਦਾ ਵੇਖ ਮੈਨੂੰ ਮੁੰਡੇ ਨੇ ਉੱਥੋਂ ਭੇਜਿਆ ਬਾਹਰੋਂ ਮੋਬਾਈਲ ਉਹ ਭਰਾਵਾ ਮੇਰੀ ਸੁਣ ਗੱਲ ਹੁਣ ਚਿੱਟਾ ਕੁੜਤਾ ਪਜਾਮਾ ਪਾਇਆ ਪੱਗ ਬੰਨੀ ਫਿਰਨਦਿਆਂ ਲੱਗਦਾ ਤਾਂ ਸੋਹਣਾ ਨਾ ਤੂੰ ਲੋਕਾਂ ਨੂੰ ਪਰ ਤੂੰ ਆਪਣੇ ਅੰਦਰ ਦੀ ਝਾਤ ਮਾਰ ਕੇ ਤੇ ਦੱਸ ਕਿ ਕਿੰਨਾ ਕੁ ਕਰਜ਼ਾ ਚੁੱਕੀ ਫਿਰਨਿਆ ਜਦੋਂ ਮੁੰਡੇ ਨੂੰ ਘੱਲਿਆ ਸੀ ਪੈਸਿਆਂ ਦੀ ਕੀ ਗੱਲ ਹੈ 20-25 ਲੱਖ ਰੁਪਈਆ ਫੜਿਆ ਸੀਗਾ ਤੇ ਉੱਥੋਂ ਹੁਣ ਮੁੰਡਾ ਘੱਲਣ ਲੱਗ ਗਿਆ ਹੌਲੀ ਹੌਲੀ ਆਪੇ ਘੱਲੀ ਜਾਏਗਾ ਏਸੀ ਲਵਾ ਤਾ ਗੱਡੀ ਨਵੀਂ ਕਢਾ ਤੀ ਆਹੋ ਭਰਾ ਹੁਣ ਏਸੀ ਤੇ ਲਵਾ ਤਾ ਤੇ ਮੈਨੂੰ ਇਹ ਦੱਸ ਵੀ ਏਸੀ ਨੇ ਬਿਮਾਰੀਆਂ ਕਿੰਨੀਆਂ ਕੁ ਦਿੱਤੀਆਂ ਨੇ ਬਿਮਾਰੀਆਂ ਦੇਖੀਏ ਵਾਲੇ ਤਾਂ ਨਜ਼ਾਰੇ ਲੈਂਦੇ ਹਾਂ ਸਵੇਰੇ ਉੱਠਦੇ ਹਾਂ ਤੇ ਸਵੇਰੇ ਸ਼ਾਮ ਨੂੰ ਟੋਰ ਨਾਲ ਫਿਰ ਖਾ ਕੇ ਰੋਟੀਆਂ ਸੌ ਜਾਂਦੇ ਹਾਂ ਕੋਈ ਕੰਮ ਨਹੀਂ ਕੋਈ ਧੰਦਾ ਨਹੀਂ ਤੁਸੀਂ ਫਿਰਦੇ ਹੋ ਵੱਟਾਂ ਤੇ ਇਧਰੋਂ ਸ਼ਹਿਰ ਵੱਲ ਕੀ ਲੈਣ ਗਿਆ ਸ਼ਹਿਰੋਂ ਲਗਾ ਹੁੰਦਾ ਸ਼ਹਿਰ ਵੱਲ ਤਾਂ ਬਸ ਦਵਾਈ ਲੈਣ ਗਿਆ ਸੀ ਦਵਾਈ ਕਾਹਦੀ ਵਾਲਾ ਆ ਬਸ ਆਈ ਗੋਡੇ ਮਨਮੋਟੇ ਦੁਖਦੇ ਸਨ ਤੇ ਹੋਰ ਇੱਕ ਸ਼ੂਗਰ ਜਿਹਾ ਵੱਧਦਾ ਏ ਬੀਪੀ ਦੀ ਪ੍ਰੋਬਲਮ ਹੈ ਉਹ ਦਵਾਈ ਲੈਣ ਗਏ ਸੀ ਭਰਾ ਮੇਰਿਆ ਜੇ ਇਹੀ ਸਾਨੂੰ ਆਂਦਾ ਨਾ ਵੀ ਅਸੀਂ ਖੇਤੀ ਚ ਫਸਦੇ ਆ ਅਸੀਂ ਕਿਉਂ ਨਹੀਂ ਖੇਤੀ ਛੱਡਦੇ ਹੁਣ ਕਿੱਕਰ ਸਿੰਘ ਨੂੰ ਵੇਖ ਤੇ ਮੈਨੂੰ ਵੇਖ ਤੇਰੇ ਨਾਲੋਂ ਕਿੰਨੇ ਕਿੰਨੇ ਸਾਲ ਅਸੀਂ ਵੱਡੇ ਆ ਤੇ ਸਾਨੂੰ ਅੱਜ ਇਹਨੂੰ ਨਾ ਕਿੱਕਰ ਸਿੰਘ ਨੂੰ ਤੇ ਮੈਨੂੰ ਕਦੀ ਬੀਪੀ ਤੇ ਸਾਨੂੰ ਦੋਵਾਂ ਨੂੰ ਵਧਿਆ ਕਿ ਕੋਈ ਬਿਮਾਰੀ ਵੀ ਨਹੀਂ ਹੋਏਗੀ 1% ਵੀ ਜੇ ਤੂੰ ਸਾਨੂੰ ਆਉਂਦਾ ਵੀ ਇੱਥੇ ਖੇਤਾਂ ਚ ਖਪਦੇ ਪਏ ਜੇ ਤੇ ਇੱਥੇ ਕੰਮ ਕਰਦੇ ਜੇ ਹੱਥੀ ਕੰਮ ਕਰਦੇ ਆ ਤੇ ਬਿਮਾਰੀਆਂ ਤੇ ਨਹੀਂ ਨਾ ਹੈਗੀਆਂ ਮੁੜਕਾ ਨਿਕਲਦਾ ਰਹਿੰਦਾ ਸਰੀਰ ਚੱਲਦਾ ਤੁਰਦਾ ਰਹੇ ਤਾਂ ਹੀ ਤੇ ਅੱਜ ਮਰੇ ਜੇ ਅੱਜ ਕੱਲ੍ਹ ਇਹਨਾਂ ਬਿਮਾਰੀਆਂ ਨਾਲ ਮਾਰਿਆ ਤੁਹਾਨੂੰ ਕੱਪੜੇ ਤੇ ਚਿੱਟੇ ਪਾ ਲਏ ਜੇ ਤੇ ਏਸੀ ਦੀਆਂ ਬਿਮਾਰੀਆਂ ਕਿੰਨੀਆਂ ਨੇ ਸਾਰੀਆਂ ਜਿਹੜੀਆਂ ਬੀਪੀ ਆ ਜਾਂ ਗੋਡੇ ਮੋਢੇ ਦੁਖਦੇ ਕੁੜੀ ਆ ਵਾ ਬਿਮਾਰੀਆਂ ਤਾਂ ਆਪਾਂ ਘਰਾਂ ਚ ਕੰਧਾਂ ਨਾਲ ਲਾਈਆਂ ਇੱਕ ਬੰਨੇ ਫਰਿੱਜ ਰੱਖੀ ਆ ਦੂਜੇ ਬੰਨੇ ਹੀ ਏਸੀ ਲਾਇਆ ਤੇ ਜੇ ਬੰਨੇ ਹੀ ਹੁਣ ਕਦੇ ਘੋੜੇ ਦਾ ਪਾਣੀ ਨਹੀਂ ਪੀਂਦੇ ਤਾਜ਼ਾ ਘੜੇ ਦਾ ਪਾਣੀ ਪੀਓ ਬੰਦਾ ਬਹਾਨੇ ਸਿਰ ਖੇਤ ਆਉਂਦਾ ਗੇੜਾ ਛੇੜਾ ਮਾਰਦਾ 2 ਕਿਲੋਮੀਟਰ ਸਫ਼ਰ ਹੋ ਜਾਂਦਾ ਭਰਾ ਵੇਖ ਪਹਿਲਾਂ ਕਿੱਡੇ ਵਧੀਆ ਵੇਲੇ ਆਉਂਦੇ ਸੀ ਬੰਦਾ ਸਵੇਰੇ ਉੱਠ ਕੇ ਨਾਲੇ 2 ਕਿਲੋਮੀਟਰ ਸਫ਼ਰ ਕਰ ਆਉਂਦਾ ਸੀ ਨਾਲੇ ਜੰਗਲ ਪਾਣੀ ਜਾ ਆਉਂਦਾ ਸੀ ਅੱਜ ਕੱਲ੍ਹ ਕੁੜੀ ਆਵੇ ਕੀ ਤੈਨੂੰ ਕੋਠੀਆਂ ਦਾ ਦੱਸਾਂ ਉੱਥੇ ਹੀ ਖਾਈ ਆਉਂਦੇ ਉੱਥੇ ਹੀ ਅੱਗੀ ਆਉਂਦੇ ਨੇ ਨਾ ਨਾ ਗੱਲ ਤੇਰੀ ਹਾਂ ਕਿੱਕਰ ਸਿਆਂ ਦੀ ਆਹ ਗੱਲ ਸਹੀ ਆ ਨਹੀਂ ਤੇ ਬੜਾ ਜੇ ਕਿਤੇ ਬਿਮਾਰੀਆਂ ਨੇ ਕੁੜੀ ਆ ਵਾ ਉੱਕਾ ਹੀ ਮੈਂ ਕਹਿੰਦਾ ਵਾ ਉੱਤਿਆ ਪਿਆ ਭਰਾਵਾ ਕੀ ਦੱਸਾਂ ਨਿਰੀਆਂ ਬਿਮਾਰੀਆਂ ਘਰਾਂ ਚ ਪਰ ਸਾਡੇ ਵੇਲੇ ਹੁੰਦੇ ਸੀ ਵਿਆਹ ਘਰ ਦੀਆਂ ਮਠਿਆਈਆਂ ਦੇਸੀ ਘਿਓ ਲੋਕਾਂ ਕੋਲ 15-15, 20-20 ਮਹੀਆਂ ਹੁੰਦੀਆਂ ਸੀ ਚਾਚੇ 2-2, 3-3 ਦਿਨ ਬਰਾਤਾਂ ਰਹਿੰਦੀਆਂ ਸੀ ਘਰਾਂ ਦੇ ਵਿੱਚ ਤੇ ਉਦੋਂ ਤੇਰੇ ਵਰਗੇ ਜਿੱਦ ਲਾ ਲੈਂਦੇ ਹੁੰਦੇ ਸੀ ਕਿ ਮੇਰੇ ਨਾਲ ਜਿੱਦ ਲਾ ਕੇ ਕੋਈ ਮਠਿਆਈ ਖਾ ਕੇ ਵਿਖਾਓ 2-2, 3-3 ਸੇਰ ਮਠਿਆਈ ਖਾ ਜਾਂਦੇ ਸੀ ਕੜਾਹ ਖਾ ਜਾਂਦੇ ਸੀ 2-2 ਕਿਲੋ ਅੱਜ ਕਹਿ ਤੇਰੇ ਵਰਗੇ ਨੂੰ ਕਿਤੇ ਕੜਾਹ ਖਾ ਕੇ ਵਿਖਾ ਦੇ ਨਾਲ ਦੀ ਨਾਲ ਬੀਬੀ ਵੱਧ ਜਾਣਾ ਪੰਗਾ ਤੇ ਬੀਬੀ ਦਾ ਹੀ ਤੇ ਜਾਂ ਸ਼ੂਗਰ ਵਾ ਮੋਟਿਆਂ ਨੇ ਹੱਥ ਮਾਰ ਲਿਆ ਕੀ ਹੋ ਗਿਆ ਈ ਤੈਨੂੰ ਸਤਨਾਮ ਸਿੰਘ ਕੀ ਹੋ ਗਿਆ ਪਾ ਲਿਆ ਯਾਰ ਚਾਹ ਦੇ ਚਿਰ ਬੈਠਾ ਕੋ ਨਹੀਂ ਜਾਂਦਾ ਮੋਟੇ ਤੋਂ ਖਾਂਦਾ ਕਰ ਲੈ ਗੱਲ ਤੂੰ ਜੇ ਹੁਣ ਸਬਜ਼ੀ ਭਾਜੀ ਲਾਈ ਹੋਵੇ 2 ਘੰਟੇ ਸਵੇਰੇ ਉਹਨੂੰ ਪੈਰਾਂ ਭਰ ਬਹਿ ਕੇ ਗੋਡੇ ਤੇ ਆਪੇ ਤੇਰੇ ਗੋਡੇ ਤੇ ਨਾ ਫਿਰ ਦੁਖਣ ਲਾਉਣਾ ਓਏ ਆਹੋ ਭਰਾਵਾ ਹੁਣ ਫਿਰ ਤੂੰ ਜਦੋਂ ਪੈਲੀ ਠੇਕੇ ਤੇ ਦੇ ਕੇ ਬਿਮਾਰੀ ਤੇ ਆਪ ਸੇੜੀ ਹੁਣ ਗੋਡੇ ਦੁਖਣੇ ਹੋਣ ਤੇਰਾ ਕੀ ਸਹੀ ਗੱਲ ਗੱਲ ਤਾਂ ਭਾ ਤੇਰੀ ਸਹੀ ਆਹੋ ਹੁਣ ਕੀ ਤੈਨੂੰ ਦੱਸੀਏ ਕੀ ਆਵਾ
ਸਾਡਿਆਂ ਵੇਲੇ ਸ਼ਿਕਾਰ ਖੇਡਦੇ ਹੁੰਦੇ ਸੀ ਵਿਆਹਾਂ ਸ਼ਾਦੀਆਂ 'ਚ ਜਾਣਾ ਨਾ। ਮੈਂ ਕਹਿੰਦਾ ਜਦੋਂ ਵੇਲੇ ਯਾਦ ਆ ਜਾਂਦੇ ਨਾ ਧਰਮ ਨਾਲ ਰੂਹ ਖੇਡ ਆਉਂਦੀ ਆ। ਇੱਕ ਵਾਰੀ ਮੈਂ ਤੈਨੂੰ ਕੀ ਭਰਾ ਆਪਣੇ ਵੇਲੇ ਦੀ ਗੱਲ ਦੱਸਾਂ। ਇੱਕ ਵਾਰੀ ਅਸੀਂ ਗਏ ਬਰਾਤੀ ਤੇ ਉਦੋਂ ਕਿਹੜਾ ਜੰਗਲ ਬੀਆ ਬਾਣ ਹੁੰਦਾ ਸੀ, ਘੋੜੀਆਂ ਤੇ ਬਰਾਤਾਂ ਜਾਂਦੀਆਂ ਸੀ ਤੇ ਹਥਿਆਰ ਲੋਕਾਂ ਕੋਲ ਆਮ ਘਰਾਂ 'ਚ ਸੀ ਤੇ ਲੈ ਕੇ ਜਾਂਦੇ ਹੁੰਦੇ ਸੀ ਰਾਹ 'ਚ ਕੋਈ ਡਾਕੂ ਡਕੈਤਾਂ ਨਾ ਮਿਲ ਜਾਵੇ। ਤੇ ਉੱਥੇ ਜਾ ਕੇ ਨਾ ਆ ਕੇ ਇੱਕ ਸ਼ਲਾਰੂ ਜਿਹਾ ਮੁੰਡਾ ਉਹ ਲੱਗਾ ਦੋ ਕੁ ਫੈਰ ਜੇ ਕੱਢਣ ਤੇ ਆ ਮੇਰੇ ਕੋਲ ਸੀ ਫਿਰ ਇੱਕ ਨਾਲੀ। ਅੱਛਾ, ਇੱਕ ਨਾਲੀ ਵਾਲੀ ਕਿੱਕਰ ਸੀ? ਇੱਕ ਨਾਲੀ। ਮੈਂ ਕਿਹਾ ਸਰਬ ਲੋਹ ਦੀ ਦੇਸੀ ਠੰਡੇ ਲੋਹੇ ਦੀ ਬਣੀ ਹੋਈ ਨਾਲੀ ਤੇ ਅੱਜ ਕੱਲ ਦੀਆਂ ਜਿਹੜੀਆਂ ਬੰਦੂਖੜੀਆਂ ਜਿਹੀਆਂ ਚੁੱਕੀ ਫਿਰਦੇ ਫਿਰ ਦੋ ਨੀ ਕੱਢਦੇ ਤੇ ਨਾਲੀਆਂ ਲਾਲ ਹੋ ਜਾਂਦੀਆਂ ਨੇ ਤੇ ਲੱਗ ਗਈ ਫਿਰ ਜੇਦ। ਜੇਦ ਲੱਗ ਗਈ। ਮੈਂ ਕਿਹਾ ਤੁਸੀਂ ਫੈਰ ਤੇ ਕੱਢਦੇ ਜੇ ਤੇ ਫਿਰ ਹੁਣ ਆ ਜਾਓ ਪਟੇ ਨਾਲ ਸੀ ਆਪਣੇ ਪਾ ਕੇ ਪਟਾ ਫਿਰ ਝਾੜਤਾ ਜੀ ਅੱਟ ਮੈਂ ਕੇ 21 ਰਾਂਤ ਕੱਢੇ ਸੀ ਉਸ ਵੇਲੇ ਤੇ ਨਾਲੀ ਨੂੰ ਹੱਥ ਨਾ ਫੜ ਕੇ ਵਿਖਾਤਾ ਸੀ ਠੰਡੀ ਪਈ ਸੀ ਤੇ ਮੁੰਡੇ ਦੇ ਪਿਓ ਨੇ ਰੁਪਈਆ 500 ਨਾਮ ਦੇ ਵਿੱਚ ਦਿੱਤਾ ਸੀ। ਕਿਉਂ ਸਤਨਾਮ ਸਿੰਘ ਪੁਰਾਣੇ ਪੈਸੇ? ਸਾਡੇ ਕੋਲ ਦੋ ਘੋੜੇ, ਇੱਕ ਘੋੜਾ ਨੁਕਰਾ ਤੇ ਇੱਕ ਘੋੜੀ। ਮੇਲਿਆਂ ਛਿੰਝਾਂ ਦੇ ਵਿੱਚ ਨਾਮ ਜਿੱਤ ਕੇ ਲਿਆਉਂਦੇ ਹੁੰਦੇ ਸੀ, ਭੰਗੜੇ ਪਾਉਂਦੇ ਹੁੰਦੇ। ਤੁਹਾਨੂੰ ਕੀ ਮੈਂ ਕਹਿੰਦਾ ਜਦੋਂ ਗੱਲਾਂ ਵੇਲੇ ਯਾਦ ਆਉਂਦੇ ਤੇ ਕੁੜੀ ਆਵਾ ਮੈਂ ਕਹਿੰਦਾ ਰੂਹ ਖੇਡ ਆਉਂਦੀ। ਗੱਲ ਤੇਰੀ ਸਹੀ ਹੈ ਕਿੱਕਰ ਸਿਆ, ਅੱਜ ਕੱਲ ਦੀਆਂ ਕਿਹੜੀਆਂ ਗੱਲਾਂ ਈ। ਚੰਗਾ ਭਰਾ ਫਿਰ ਮੈਂ ਚੱਲਿਆ, ਮੈਂ ਦਵਾਈ ਲੈਣੀ ਹੈ, ਟਾਈਮ ਹੋ ਗਿਆ ਏ। ਭਰਾ ਕੀ ਤੈਨੂੰ ਦੱਸੀਏ, ਸਾਰੇ ਘਰ ਘਰ ਗੋਲੀਆਂ ਤੇ ਸਾਰੇ ਚੱਲਣ ਦਏ ਨੇ ਗੋਲੀਆਂ ਦਾ ਕੰਮ ਧੰਦਾ ਕਰੋ ਤੇ ਵੇਖੋ। ਹੁਣ ਕੋਈ ਕਹਿੰਦਾ ਕਰੋਨਾ ਆ ਗਿਆ, ਕੋਈ ਮੌਸਮ ਖਾ, ਸਾਰਾ ਹੀ ਨਾ ਹੁਣ ਰੱਬ ਹੀ ਰੱਖਾ ਦੁਨੀਆਂ ਦਾ ਭਰਾ। ਹੁਣ ਮੈਂ ਤੈਨੂੰ ਨਾ ਬਸ ਬਾਹਲਾ ਹੀ ਮਾਣ ਔਖਾ ਹੋਇਆ ਬਈ। ਇਹ ਕਿੱਕਰ ਸਿਆ ਘੜੀ ਆ ਜਾ। ਚਲੋ ਫਿਰ ਬਹਿ, ਉਹਦੇ ਕਰਨੇ ਆ ਗੱਲਬਾਤ। ਉਹਦੇ ਵਿੱਚ ਭਰਾ ਸਤਨਾਮ ਆ ਗਿਆ, ਚੱਲ ਗੱਲਾਂ। ਲੈ ਆ ਗੱਲਾਂ ਮਾਰਨ ਡਿਆ ਸੀ ਇਹ ਪਹਿਲੀ ਦੇਸ਼ੜੀ ਏ ਠੇਕੇ ਤੇ ਮੁੰਡਾ ਬਾਹਰ ਘੱਲ ਛੜਿਆ। ਗੋਲੀਆਂ ਦੇ ਟਾਈਮ ਨੂੰ ਭੱਜੇ ਹੀ ਘਰ ਨੂੰ, ਇਹ ਗੋਲੀਆਂ ਦਾ ਟਾਈਮ ਹੋ ਗਿਆ, ਗੋਲੀਆਂ ਖਾਣੀਆਂ ਨੀ। ਅੱਜ ਕੱਲ ਤੇ ਬੱਚਾ ਬੱਚਾ ਨਾ ਜੰਮਦੇ ਜਵਾਕਾਂ ਤੋਂ ਲੈ ਕੇ ਤੇ ਹੁਣ ਤਾਂ ਤੱਕ ਸਾਰੇ ਗੋਲੀਆਂ ਤੇ ਰਹਿ ਗਏ। ਤੇ ਹੱਥੀ ਕੋਈ ਕੰਮ ਕਰੂਗਾ ਤੇ ਕੋਈ ਰੁੱਖ ਲਾ ਲਾਂਗੇ ਤੇ ਭਰਾ 4 ਸਾਲ ਉਮਰ ਵਾਧੂ, ਨਹੀਂ ਤੇ ਫਿਰ ਹੁਣ ਤੈਨੂੰ ਪਤਾ ਹੀ ਆ ਨਾ ਕੀ ਹੋਇਆ ਪਿਆ। ਮੇਰੀ ਸੁਣ ਗੱਲ, ਮੈਂ ਤੇ ਮੁੰਡੇ ਮੇਰੇ ਨੂੰ ਆਖ ਛੱਡਿਆ, ਮੈਂ ਤੇ ਆ ਰੁੱਖ ਵੱਢਣ ਕੋ ਨਹੀਂ ਉਹਨੂੰ ਦੇਣਾ ਮੇਰੇ ਜਿੰਦੇ। ਮੈਂ ਤੈਨੂੰ ਇੱਕ ਗੱਲ ਆਖਾਂ ਕੀ ਕਰਸਿਆ? ਹਾਂਜੀ, ਤੂੰ ਗੱਲ ਮੇਰੀ ਮੰਨਣੀ ਤੇ ਹੈ ਕੋਈ ਦੱਸ। ਰੁੱਖ ਕੋ ਨਹੀਂ ਉਹਨੇ ਛੱਡਣਾ, ਵਢਾ ਛੱਡਣਾ ਹੀ। ਮੈਂ ਵੀ ਤੇਰੇ ਵਾਂਗੂ ਬੜਾ ਅੜਿਆ, ਮੇਰੀ ਵੀ ਮੇਰੀ ਜਿੱਦ ਬੜੀ ਆ ਮੇਰੇ ਜਿੰਦੇ ਜੀਆਂ। ਮੈਂ 5 ਰੁੱਖ ਹੋਰ ਲਾਉਣੇ ਹੀ ਤੇ ਇਹ ਤੇ ਮੈਂ ਜ਼ਰੂਰ ਰੱਖਣਾ ਹੀ, ਇਹ ਤੇ ਮੇਰੀ ਆਪਣੀ ਹੁਣ ਨਿਸ਼ਾਨੀ ਹੈ ਤੇ ਮੈਂ 5 ਰੁੱਖ ਲਾਉਣੀਆਂ ਮੈਂ ਨਿੰਮਾਂ ਪੂਰੀਆਂ। ਚੱਲ ਵਧੀਆ, ਸ਼ਾਬਾਸ਼ ਕਿੱਕਰ ਸਿਆ। ਆਪਾਂ ਨੂੰ ਆਹ ਗੱਲਾਂ ਤੇ ਇਹਨਾਂ ਨੂੰ ਨਾ ਸਮਝਾਉਂਦੀ। 100 ਰੋਗਾਂ ਦਾ ਇੱਕ 100 ਰੋਗ ਕੱਟਦੀ ਉਹ ਨਿੰਮ। ਸਹੀ ਗੱਲ ਹੈ, ਕਿਤੇ ਫੇੜਾ ਫੈਂਸੀ ਕੁਝ ਵੀ ਹੋਵੇ, ਘੋਟ ਕੇ ਬੰਦਾ ਸਵੇਰੇ ਉੱਠ ਕੇ ਦਾਤਣ ਕਰ ਲੇ ਨਿੰਮ ਦੀ ਰੋਜ਼, ਤੇ ਮੈਂ ਕਹਿੰਦਾ ਸਾਰੇ ਰੋਗ ਬੰਦੇ ਨੇ ਕੱਟੇ ਜਾਂ। ਸਹੀ ਗੱਲ ਹੈ ਤੇਰੀ। ਬਾਪੂ ਤੈਨੂੰ ਕੀ ਕਿਹਾ ਸੀ ਮੈਂ? ਘਰੇ ਮਾਮਾ ਆਇਆ, ਤੂੰ ਸੁਣਦਾ ਹੀ ਨਹੀਂ ਗੱਲ ਕਿਸੇ ਦੀ ਵੀ। ਉਹ ਮੰਮੀ ਗੁੱਸੇ ਹੋਣ ਡਈ ਏ ਤੈਨੂੰ। ਤੈਨੂੰ ਕੋਈ ਵੱਡੇ ਛੋਟੇ ਦੀ ਲਿਆਜ ਹੈ ਕੋ ਬੋਲਣ ਨੂੰ ਕਿ ਨਹੀਂ? ਤੈਨੂੰ ਕਹੇ ਵੱਡੇ ਛੋਟੇ ਨੂੰ ਫਿਰ ਕਹਿ ਕੇ ਗਿਆ ਸੀ ਮੈਂ ਤੈਨੂੰ? ਤੁਹਾਡਾ ਕੁੜੀਆਂ ਦਾ ਪਤਾ ਨਹੀਂ ਕੀ ਦਿਮਾਗ ਹੀ, ਪਤਾ ਨਹੀਂ ਕਿੱਥੇ ਜਾ ਰਿਹਾ ਤੁਹਾਡਾ। ਹੁਣ ਪਤਾ ਲੱਗਦਾ ਪੁੱਤਰ ਹੁਣ ਦਿਮਾਗ ਗਿਆ ਖੋਤੇ ਚਰਨ ਤੇ, ਹੁਣ ਤੂੰ ਇਹੀ ਆਖਣਾ ਕਿ ਹੋਰ ਮੈਂ ਆਖਣਾ ਤੂੰ ਹੁਣ ਮੈਨੂੰ ਪਾ। ਉਹ ਇੱਕ ਤੂੰ ਦੂਜੇ ਕੋਈ ਗੱਲ ਕਰੇ ਗੱਲ ਤੇ ਟੋਕਦਾ ਰਹਿੰਦਾ, ਆਪ ਤੂੰ ਗੱਲ ਨਹੀਂ ਸੁਣਦਾ। ਜੇ ਮੈਂ ਇੱਕ ਵਾਰ ਨਾ ਸੁਣਾ ਤੇ ਖੁੰਡਾ ਲੈ ਕੇ ਮਗਰ ਪਈ ਜਾਂਦਾ ਤੂੰ। ਟੋਕਰਾ ਕੁ ਸੁੱਟ ਛੜਿਆ ਹੋਣਾ, ਮੈਂ ਤੈਨੂੰ ਕਹਿ ਕੇ ਗਿਆ ਸੀ ਆ ਕੇ ਪਾ ਦੇ ਆਪਣੇ ਆਪ। ਤੂੰ ਵੀ ਬਾਪੂ ਮੰਮੀ ਤੋਂ ਲੋਟ ਆਨਾ, ਤੂੰ ਵੀ ਨਹੀਂ ਸੁਣਦਾ ਮੇਰੀ ਗੱਲ। ਕੋਈ ਨਹੀਂ, ਭਰਾ ਮਿਲ ਗਏ ਇੱਥੇ ਬਹਿ ਕੇ ਗੱਲਾਂ ਮਾਰ ਲਈਆਂ ਕਿ ਕੁੜੀ ਆ ਕੋ ਜਾਨ ਨਿਕਲ ਗਈ ਕਿ। ਉਹ ਆਇਆ ਯਾਰ ਆ ਜਾਣੇ ਕਿ ਆਪਣੇ ਆਪ। ਉਹ ਤਾਂ ਮੰਮੀ ਦੱਸੂ ਤੁਹਾਨੂੰ ਕੀ ਨਿਕਲੇ, ਕੀ ਜਾਨ ਨਿਕਲੀ ਕਿ ਨਹੀਂ ਨਿਕਲੀ। ਤੂੰ ਵੀ ਬਾਪੂ ਮੰਮੀ ਤੋਂ ਲੋਟ ਆਨਾ,
ਉਦੋਂ ਮੰਮੀ ਸਾਹਮਣੇ ਐ ਕਰਕੇ ਦੇ ਰਹੀ ਹੁੰਦਾ ਉਦੋਂ ਨੀ ਦਿੰਦਾ ਤੈਨੂੰ ਜਦੋਂ ਮੇਰੀ ਗੱਲ ਸੁਣ ਲੈ ਆਇਆ ਆ ਜਾਣਗੇ ਆਪਣੇ ਆਪ ਕਰੇ ਦੱਸੋ ਮੰਮੀ ਨੂੰ ਤੂੰ ਕੀ ਕੀਤਾ ਮੇਰੇ ਨਾਲ ਅੱਜ ਮੈਂ ਕਿਉਂ ਮੰਮੀ ਦੱਸਿਆ ਸੀ ਯਾਰ ਮੇਰੇ ਦਾ ਫੁੰਡੇ ਖਾਂਦਾ ਜਾਣਾ ਹੀ ਕਿੱਕਰ ਸਿਆ ਵਾਕਈ ਗੱਲ ਸੱਚੀ ਹੈ ਜਿਹੜੀ ਮੁੰਡਾ ਕੰਡਿਆ ਵੀ ਇਹ ਜਨਾਨੀ ਤੋਂ ਬੜਾ ਡਰਦਾ ਹੈ रोटी को ਸਾਰਿਆਂ ਨੂੰ ਸਾਡੀ ਦੇਸੀ ਫਿਲਮ ਟੀਵੀ ਦੀ ਸਾਰੀ ਟੀਮ ਵੱਲੋਂ ਕੋਸ਼ਿਸ਼ ਕੀਤੀ ਗਈ ਹੈ ਕਿ ਤੁਹਾਨੂੰ ਪੁਰਾਣਾ ਵਿਰਸਾ ਅਤੇ ਰੁੱਖਾਂ ਦੇ ਬਾਰੇ ਜਾਣੂ ਕਰਾਇਆ ਜਾਵੇ ਅਤੇ ਤੁਸੀਂ ਇਹ ਸਾਰੀ ਫਿਲਮ ਵੇਖ ਕੇ ਸਾਨੂੰ ਲਾਈਕ ਕਮੈਂਟ ਕਰਕੇ ਜ਼ਰੂਰ ਦੱਸਣਾ ਕਿ ਇਹ ਤੁਹਾਨੂੰ ਇਹ ਸਾਡੀ ਫਿਲਮ ਕਿਹੋ ਜਿਹੀ ਲੱਗੀ ਅਤੇ ਇੱਕ ਗੱਲ ਹੋਰ ਇੱਕ ਬੰਦੇ ਨੇ ਇੱਕ ਰੁੱਖ ਜ਼ਰੂਰ ਲਾਉਣਾ ਹੈ ਤੇ ਇਹ ਨਾ ਦਰਖਤ ਲਾਣਾ ਨਹੀਂ ਤਾਂ ਦਰਖਤਾਂ ਨੂੰ ਵੱਢੋ ਵੀ ਨਾ ਪੁਰਾਣੇ ਟਾਈਮਾਂ ਦੇ ਵਿੱਚ ਲੋਕ ਬਿਮਾਰ ਤਾਂ ਹੀ ਘੱਟ ਹੁੰਦੇ ਹਨ ਕਿਉਂਕਿ ਦਰਖਤ ਜ਼ਿਆਦੇ ਹੁੰਦੇ ਸਨ ਉਹਨਾਂ ਨੂੰ ਆਕਸੀਜਨ ਮਿਲਦੀ ਸੀ ਤੇ ਤਾਂ ਹੀ ਉਹਨਾਂ ਨੂੰ ਕੋਈ ਬਿਮਾਰੀ ਨਹੀਂ ਸੀ ਲੱਗਦੀ ਇਸੇ ਕਰਕੇ ਅੱਜ ਕੱਲ੍ਹ ਬਿਮਾਰੀ ਵੱਧ ਰਹੀ ਹੈ ਕਿਉਂਕਿ ਦਰਖਤ ਘੱਟ ਗਏ ਲੋਕ ਦਰਖਤਾਂ ਨੂੰ ਵੱਢਣ ਲੱਗ ਗਏ ਦੋਸਤੋ ਜੇ ਕਰੋਨਾ ਵਰਗੀ ਮਹਾਂਮਾਰੀ ਨੂੰ ਹਰਾਉਣਾ ਅਤੇ ਆਕਸੀਜਨ ਦੇ ਟੈਂਕਾਂ ਤੋਂ ਬਚਣਾ ਤਾਂ ਇੱਕ ਇੱਕ ਰੁੱਖ ਜ਼ਰੂਰ ਲਗਾਓ ਹਰ ਇੱਕ ਬੰਦਾ ਇੱਕ ਰੁੱਖ ਜ਼ਰੂਰ ਲਗਾਓ ਸਾਡੇ ਦੇਸੀ ਫਿਲਮ ਟੀਵੀ ਦੇ ਚੈਨਲ ਨੂੰ ਸਬਸਕ੍ਰਾਈਬ ਕਰੋ ਘੰਟੀ ਵਾਲਾ ਬਟਨ ਦਬਾਓ ਤੇ ਲਾਈਕ ਕਰੋ।